सरदार गुरजंट सिंह जी बुद्ध सिंह वाला। पर जो विशेष तौर के उपर तुहानूं जानकारी देनी चाहुंदा मां, इस घर के दरवाजे जो तुसीं स्क्रीन के उपर देख रहे हो, इस घर के दरवाजे अज तो 35 साल पहला उतारे गए। 35 साल बागे पुराने थाने नूं लगे रखे साडियां पंथक खवाउण वालियां जथेबंदियां, उह दरवाजे एक शहीद दे दरवाजे जिसका एडा वड्डा नाम ते जिहदे नाम का डंका चलदा हुंदा सी, उहदे घर दे दरवाजे थाने चों लुहा के नहीं लिया सकियां। जो 35 साल पहला पुलिस इस घर दे दरवाजे पट के लै गई सी, शहीद दे घर दीआं चौगाठां पट के लै गई सी, ते 35 सालां बाद कबाड़ीए कोलों खरीद के अपने घर नूं लाए ने। ਤੁਸੀਂ ਕਹਿੰਦੇ ਹੁੰਦੇ ਸੀ ਜਥੇਬੰਦੀਆਂ ਨੂੰ ਵੀ ਆਪਣੇ ਘਰ ਦੇ ਦਰਵਾਜ਼ੇ ਬਾਗੇ ਪੁਰਾਣੇ ਥਾਣੇ ਨੂੰ ਲੱਗੇ ਨੇ, ਲਿਆਈਏ। ਹਾਂ, ਮੈਂ ਕਿਹਾ ਇਹ ਆਪਣੇ ਉਦੋਂ ਖੇਤੀਬਾੜੀ ਮੰਤਰੀ ਸੀ ਗੁਰਦੇਵ ਬਾਦਲ, ਉਹਨਾਂ ਤੋਂ ਉਗਾਇਆ ਸੀ DSP ਨੇ। ਹਾਂ ਵੀ ਕਹਿਤੀ ਸੀ, ਮੁੜ ਕੇ ਫਿਰ ਦੂਜੇ ਦਿਨ ਉਹ ਜਵਾਬ ਦੇ ਗਿਆ, ਕਹਿੰਦਾ ਜੱਜ ਤੋਂ ਲਿਖਾ ਕੇ ਲਿਓ, ਫਲਾਣਾ ਕਰੋ, ਫਿਰ ਇਹਦੀ ਗਿਆ ਹੀ ਨਹੀਂ ਕਿਤੇ। ਠੀਕ ਹੈ, ਨਹੀਂ ਜੱਜ ਕੋਲ ਲਿਖਾਓ ਫਿਰ ਦਰਵਾਜ਼ੇ ਵਾਪਸ। ਹਾਂ, ਜੱਜ ਤੋਂ ਲਿਖਾਓ, ਇਹ ਤਾਂ ਕੀ ਚੱਲਦਾ ਕਹਿੰਦੇ। ਅਤੇ ਸਾਰਿਆਂ ਟੱਬਰ 3.5 ਸਾਲ ਰਿਸ਼ਤੇਦਾਰੀਆਂ ਦੇ ਵਿੱਚ ਗਾਂਹ ਦੀ ਗਾਂਹ। ਜਦੋਂ ਰਿਸ਼ਤੇਦਾਰੀਆਂ ਦੇ ਵਿੱਚ ਤੁਸੀਂ ਜਾਂਦੇ ਸੀ, ਹਾਂਜੀ, ਇਹ ਸ਼ਹੀਦ ਭਾਈ ਗੁਰਜੰਟ ਸਿੰਘ ਬੁੱਧ ਵਾਲੇ ਦੀ ਸ਼ਹਾਦਤ ਤੋਂ ਬਾਅਦ ਗਏ ਕਿ ਪਹਿਲਾਂ ਗਏ? ਪਹਿਲਾਂ ਜੀ, ਪਹਿਲਾਂ ਹੁੰਦੇ ਤੋਂ। ਅੱਛਾ, ਹੁੰਦਿਆਂ ਹੀ? ਹੁੰਦਿਆਂ ਹੀ ਇੰਨਾ ਟੋਰਚਰ ਕਰਦੇ ਰਹੇ? ਹਾਂਜੀ ਹਾਂਜੀ। ਪਰ ਇਸ ਘਰ ਦੇ ਦਰਵਾਜ਼ੇ ਲਿਜਾਣ ਦੀ ਕੀ ਤੁੱਕ ਬਣਦੀ ਸੀ? ਤੁੱਕ ਜੀ, ਖੜ ਦਿਮਾਗ ਸੀਗਾ ਥਾਣੇਦਾਰ, ਹੈ ਨਹੀਂ ਸੀ ਇੰਨੀਆਂ ਗੱਲ ਕੋਲ। ਨਲਕਾ ਵੀ ਪੱਟ ਲਿਆ ਪਾਣੀ ਵਾਲਾ। ਨਲਕਾ ਵੀ ਲੈ ਗਏ ਪਾਣੀ ਵਾਲਾ? ਹਾਂ, ਨਲਕਾ ਵੀ ਪਾਣੀ ਵਾਲਾ। ਛੱਡਿਆ ਕੁਛ ਨਹੀਂ ਇੱਥੇ ਸਾਡੇ ਘਰ, ਜਿਹੜਾ ਸੀਗਾ ਸਮਾਨ। ਅਤੇ ਇੱਕ ਲੇਡੀ ਪਲੇਸ ਵਾਲੀ ਸੀ, ਅੱਗ ਲਾਉਣ ਲੱਗੇ, ਅੱਗ ਉਬਾਲੇ ਜੇ ਆਪਣੇ ਪਏ ਤਾਂ ਪਿੱਛੇ। ਹਾਂ, ਅਤੇ ਉਹ ਕਹਿੰਦੀ ਹੁਣ ਇੱਥੇ ਰਹਿ ਗਈ ਆ, ਤੁਸੀਂ ਅੱਗ ਲਾ ਕੇ ਕੀ ਕਰੋਗੇ ਛੱਤਾਂ ਨੂੰ ਬਾਲ? ਪਰ ਉਹਦੇ ਫਿਰ ਮਗਰ ਲਾ ਕੇ ਅੱਗ ਨਹੀਂ ਲਾਈ ਗਈ, ਘਰ ਨੂੰ ਵੀ ਅੱਗ ਲੱਗੇ ਸੀ ਲਾਉਣ। ਹਾਂਜੀ ਹਾਂਜੀ, ਬਾਲਣ ਬਲਾਉਣ। ਜਦੋਂ ਤੁਹਾਨੂੰ ਤੰਗ ਕਰਦੇ ਹੁੰਦੇ ਸੀ, ਟੋਰਚਰ ਕਰਦੇ ਹੁੰਦੇ ਸੀ, ਅਤੇ ਤੁਸੀਂ ਕਦੀ ਕਿਹਾ ਨਹੀਂ ਸੀ ਵੀ ਗੁਰਜੰਟ ਤੇਰੇ ਕਰਕੇ ਅਸੀਂ ਸਾਰੇ ਪਰੇਸ਼ਾਨ ਹੋ ਰਹੇ ਹਾਂ, ਅਤੇ ਤੂੰ ਪੁਲਿਸ ਨੂੰ ਆਪਣਾ ਆਪਾ ਸਮਰਪਿਤ ਕਰ ਦੇ? ਉਹ ਇੱਕ ਵਾਰੀ ਵੱਡੀ ਬੇਬੇ ਸਾਡੀ ਦਾਦੀ, ਉਹਨੇ ਕਿਹਾ ਸੀਗਾ, ਉਹਦੇ ਵੀ ਟੁੱਟ ਕੇ ਗਾਲੀ ਪਿਆ, ਕਹਿੰਦਾ ਮੈਂ ਤਾਂ ਸ਼ਹੀਦ ਹੋਣਾ, ਤੁਸੀਂ ਆਪਦਾ ਜਿਵੇਂ ਮਰਜ਼ੀ ਕੱਟੋ, ਹੁਣ ਮੈਂ ਤੁਹਾਡਾ ਨਹੀਂ ਰਿਹਾਗਾ, ਮੈਂ ਕੌਮ ਦਾ ਹੋ ਚੁੱਕਿਆ। ਅੱਜ ਵਿਸ਼ੇਸ਼ ਤੌਰ ਦੇ ਉੱਪਰ ਜਿਸ ਗ੍ਰਹਿ ਵਿਖੇ ਅਪੜਿਆ ਮਾਂ ਦੱਸਾਂਗਾ, ਤਾਂ ਇੱਕ ਵਾਰੀ ਤੁਹਾਡੇ ਅੰਦਰ ਝਰਨਾਟ ਜ਼ਰੂਰ ਛਿੜੇਗੀ। ਅੱਜ ਮੈਂ ਪਿੰਡ ਬੁੱਧ ਸਿੰਘ ਵਾਲਾ ਵਿਖੇ ਪਹੁੰਚਿਆ ਮਾਂ। ਜਦੋਂ ਪਿੰਡ ਬੁੱਧ ਸਿੰਘ ਵਾਲਾ ਦਾ ਜ਼ਿਕਰ ਆਉਂਦਾ ਹੈ, ਤਾਂ ਰਸਨਾ ਦੇ ਵਿੱਚੋਂ ਆਪਣੇ ਆਪ ਹੀ ਇੱਕ ਸ਼ਬਦ ਨਾਲ ਅਟੈਚ ਹੋ ਜਾਂਦਾ ਹੈ, ਸਰਦਾਰ ਗੁਰਜੰਟ ਸਿੰਘ ਜੀ ਬੁੱਧ ਸਿੰਘ ਵਾਲਾ। ਪਰ ਜੇ ਵਿਸ਼ੇਸ਼ ਤੌਰ ਦੇ ਉੱਪਰ ਤੁਹਾਨੂੰ ਜਾਣਕਾਰੀ ਦੇਣੀ ਚਾਹੁੰਦਾ ਮਾਂ, ਇਸ ਘਰ ਦੇ ਦਰਵਾਜ਼ੇ ਜੋ ਤੁਸੀਂ ਸਕਰੀਨ ਦੇ ਉੱਪਰ ਦੇਖ ਰਹੇ ਹੋ, ਇਸ ਘਰ ਦੇ ਦਰਵਾਜ਼ੇ ਅੱਜ ਤੋਂ 35 ਸਾਲ ਪਹਿਲਾਂ ਉਤਾਰੇ ਗਏ, ਬਾਗੇ ਪੁਰਾਣੇ ਥਾਣੇ ਨੂੰ ਲੱਗੇ ਰਹੇ। 35 ਸਾਲ ਬਾਗੇ ਪੁਰਾਣੇ ਥਾਣੇ ਨੂੰ ਲੱਗੇ ਰਹੇ ਸਾਡੀਆਂ ਪੰਥਕ ਖਵਾਉਣ ਵਾਲੀਆਂ ਜਥੇਬੰਦੀਆਂ, ਉਹ ਦਰਵਾਜ਼ੇ ਇੱਕ ਸ਼ਹੀਦ ਦੇ ਦਰਵਾਜ਼ੇ ਜਿਸਦਾ ਏਡਾ ਵੱਡਾ ਨਾਮ ਅਤੇ ਜਿਹਦੇ ਨਾਮ ਦਾ ਡੰਕਾ ਚੱਲਦਾ ਹੁੰਦਾ ਸੀ, ਉਹਦੇ ਘਰ ਦੇ ਦਰਵਾਜ਼ੇ ਥਾਣੇ 'ਚੋਂ ਲੁਹਾ ਕੇ ਨਹੀਂ ਲਿਆ ਸਕੀਆਂ। ਮੈਂ ਇੱਕ ਵਾਰੀ ਇਸ ਗ੍ਰਹਿ ਵਿਖੇ ਆਇਆ, ਇਸ ਘਰ ਦੇ ਵਿੱਚ ਆਇਆ, ਲੈਕਚਰ ਦਿੱਤਾ, ਅਤੇ ਲੈਕਚਰ ਦੇ ਦੌਰਾਨ ਮੈਂ ਇੱਕ ਆਵਾਜ਼ ਉਠਾਈ ਸੀ। ਮੈਂ ਕਿਹਾ ਜਿਸ ਯੋਧੇ ਨੂੰ ਯਾਦ ਕਰਨ ਦੇ ਲਈ ਅੱਜ ਇੱਥੇ ਆਪਾਂ ਜੁੜੇ ਹਾਂ, ਉਸ ਯੋਧੇ ਦੇ ਘਰ ਦੇ ਦਰਵਾਜ਼ੇ ਬਾਗੇ ਪੁਰਾਣੇ ਥਾਣੇ ਨੂੰ ਲੱਗੇ ਨੇ। ਅੱਜ 33 ਸਾਲ ਹੋ ਗਏ, ਦਰਵਾਜ਼ੇ ਵਾਪਸ ਨਹੀਂ ਆਏ, ਉਦੋਂ ਵੀ ਗੱਲ ਗੌਲੀ ਅਣਗੌਲੀ ਕਰ ਦਿੱਤੀ ਗਈ। ਨਤੀਜਾ ਇਹ ਨਿਕਲਿਆ, ਲੰਮਾ ਸਮਾਂ ਬਾਅਦ ਉਹਨਾਂ ਨੇ ਦਰਵਾਜ਼ੇ ਕਬਾੜੀਏ ਨੂੰ ਵੇਚ ਦਿੱਤੇ, ਕਬਾੜੀਏ ਤੋਂ ਪਰਿਵਾਰ ਦਰਵਾਜ਼ੇ ਵਾਪਸ ਲੈ ਕੇ ਰੰਗ ਰੋਗਨ ਕਰਵਾ ਕੇ ਅਤੇ ਆਪਣੇ ਘਰ ਨੂੰ ਉਹ ਦਰਵਾਜ਼ੇ ਵਾਪਸ ਲਾਏ ਨੇ ਜੋ 35 ਸਾਲ ਪਹਿਲਾਂ ਪੁਲਿਸ ਇਸ ਘਰ ਦੇ ਦਰਵਾਜ਼ੇ ਪੱਟ ਕੇ ਲੈ ਗਈ ਸੀ, ਸ਼ਹੀਦ ਦੇ ਘਰ ਦੀਆਂ ਚੌਗਾਠਾਂ ਪੱਟ ਕੇ ਲੈ ਗਈ ਸੀ, ਅਤੇ 35 ਸਾਲਾਂ ਬਾਅਦ ਕਬਾੜੀਏ ਕੋਲੋਂ ਖਰੀਦ ਕੇ ਆਪਣੇ ਘਰ ਨੂੰ ਲਾਏ ਨੇ। ਆਓ, ਮੇਰੇ ਨਾਲ ਨੇ ਸਰਦਾਰ ਗੁਰਜੰਟ ਸਿੰਘ ਜੀ ਬੁੱਧ ਸਿੰਘ ਵਾਲਾ ਦੇ ਵੱਡੇ ਭਰਾਤਾ ਸਰਦਾਰ ਜਗਰੂਪ ਸਿੰਘ ਜੀ। ਮੈਂ ਨਾ ਅੱਜ ਇਸ ਘਰ ਦੇ ਵਿੱਚ ਇਸ ਕਰਕੇ ਆਇਆ ਵਾਂ ਕਿਉਂਕਿ ਇੱਕ ਮਹੀਨਾ ਪਹਿਲਾਂ, ਹਾਂਜੀ, ਇਸ ਘਰ ਦੇ ਦਰਵਾਜ਼ੇ 35 ਸਾਲਾਂ ਮਗਰੋਂ ਇਸ ਬੂਹੇ ਨੂੰ ਲੱਗੇ ਨੇ। ਹਾਂਜੀ, ਅਤੇ ਮੇਰਾ ਚਿੱਤ ਕੀਤਾ ਵੀ ਇੱਕ ਏਡਾ ਵੱਡਾ ਸ਼ਹੀਦ ਹੋਵੇ ਜਿਹਦਾ ਨਾਮ ਦੁਨੀਆਂ ਦੇ ਵਿੱਚ ਚੱਲਦਾ ਹੋਵੇ, ਸਰਦਾਰ ਗੁਰਜੰਟ ਸਿੰਘ ਜੀ ਬੁੱਧ ਸਿੰਘ ਵਾਲਾ, ਤੇ ਉਹਦੇ ਘਰ ਦੇ ਦਰਵਾਜ਼ੇ 35 ਸਾਲ ਥਾਣੇ ਨੂੰ ਲੱਗੇ ਰਹੇ ਹੋਣ, ਨਾ ਕੋਈ ਜਥੇਬੰਦੀ, ਨਾ ਕੋਈ ਸ਼੍ਰੋਮਣੀ ਕਮੇਟੀ, ਨਾ ਕੋਈ ਅਕਾਲੀ ਦਲ, ਕਿਸੇ ਨੇ ਇੰਨੀ ਜ਼ਰੂਰਤ ਨਹੀਂ ਕੀਤੀ ਵੀ ਉਹ ਦਰਵਾਜ਼ੇ ਅਸੀਂ ਤੁਹਾਨੂੰ ਨਾਲ ਲੈ ਕੇ ਅਤੇ ਵਾਪਸ ਲੈ ਕੇ ਆਈਏ? ਨਾ ਜੀ, ਕਿਸੇ ਨੇ ਬਾਤ ਨਹੀਂ ਪੁੱਛੀ। ਤੁਸੀਂ ਕਹਿੰਦੇ ਹੁੰਦੇ ਸੀ ਜਥੇਬੰਦੀਆਂ ਨੂੰ ਵੀ ਆਪਣੇ ਘਰ ਦੇ ਦਰਵਾਜ਼ੇ ਬਾਗੇ ਪੁਰਾਣੇ ਥਾਣੇ ਨੂੰ ਲੱਗੇ ਨੇ, ਲਿਆਈਏ। ਹਾਂ, ਮੈਂ ਕਿਹਾ ਇਹ ਆਪਣੇ ਉਦੋਂ ਖੇਤੀਬਾੜੀ ਮੰਤਰੀ ਸੀਗੇ ਗੁਰਦੇਵ ਬਾਦਲ, ਉਹਨਾਂ ਤੋਂ ਉਗਾਇਆ ਸੀ DSP ਨੇ। ਹਾਂ ਵੀ ਕਹਿਤੀ ਸੀ, ਮੁੜ ਕੇ ਫਿਰ ਦੂਜੇ ਦਿਨ ਉਹ ਜਵਾਬ ਦੇ ਗਿਆ, ਕਹਿੰਦਾ ਜੱਜ ਤੋਂ ਲਿਖਾ ਕੇ ਲਿਓ, ਫਲਾਣਾ ਕਰੋ, ਫਿਰ ਇਹਦੀ ਗਿਆ ਹੀ ਨਹੀਂ ਕਿਤੇ। ਠੀਕ ਹੈ, ਨਹੀਂ ਜੱਜ ਕੋਲ ਲਿਖਾਓ ਫਿਰ ਦਰਵਾਜ਼ੇ ਵਾਪਸ। ਜੱਜ ਤੋਂ ਲਿਖਾਓ, ਇਹ ਤਾਂ ਕੀ ਚੱਲਦਾ ਕਹਿੰਦੇ।
केस चलता पे अजे भी कोई ना? कोई नहीं चलता, मैं बहानेबाजी सी। नहीं, मैं एक ये भी जानकारी दियो, मैं पता लगा सी कि सरदार गुरजंट सिंह बुद्ध सिंह वाला ते जदों टॉर्चर किया गया, तशद्दुद किया गया, उस तो बाद तुसी करीब 3.5 साल अपना घर बार छड़ के रिश्तेदारियों के रहन लग पे सी। हाँ जी, वो की कारण सी, घर बार क्यों छड़िया? घर बार तो रहन दिंदे जाके सानू उदे शहीद कर दिंदे पहले ही, इन्ना डर सीगा बहुत ज़्यादा। फिर रिश्तेदारियों के रहे? रिश्तेदारियां भी गांह की गांह, जो रिश्तेदारियां तकरीबन सारियां लिखिया सी, गाँव उन्होंने रिश्तेदार जोड़े होंगे वो उत्तर छड़ा छुट्टा होंगे थे, अं उदो कट्टे दिन उदो बहुत कष्ट भरया समा से। उदो बच्चिया पढ़ाइया का भी नुकसान होया होना? हाँ जी, मसा सिरे चढ़ाए बच्चे बाद हौली हौली। इस विड़े दे मैं बेबे देखता हूँ सर, अब बेबे नहीं नज़र आ रही, बेबे कित्थे है? बेबे चढ़ाई करके रब नूं प्यारे हो गए। उदा कदों हो गए? 2 साल तो उपर जा रहा, विसाखी वाले दिन चढ़ाई की थी। 2 साल तो उपर हो गए बेबे नूं चढ़ाई की। हाँ जी हाँ जी। बेबे दे होंदे दरवाजे वापस नहीं आए? ना जी ना। बेबे ते भी टॉर्चर होया कि नहीं? ना, बेबे ने अक्कर ही लगे थे, टॉर्चर तो नहीं किया, मुड़ के आप ही छड़ गई। पर मैंटली टॉर्चर बहुत वड्डा हो जाता है, बहुत ज्यादा। मां का पुत शहीद होया हो? हाँ जी हाँ जी। तो सारा टब्बर 3.5 साल रिश्तेदारियों के गांह की गांह, जो रिश्तेदारियों के जाते सी। हाँ जी। ये शहीद भाई गुरजंट सिंह बुद्ध वाले की शहादत तो बाद गए कि पहला गए? पहला जी, पहला होंदे तो। अच्छा, होंदे ही? होंदे ही, इन्ना टॉर्चर करते रहे? हाँ जी हाँ जी। तो भाई गुरजंट सिंह बुद्ध सिंह वाला का तो अपना खौफ बड़ा होंदा सी, उन्हां दा डर बड़ा होंदा सी, तां ही तो उन्होंने मारा नहीं, तो मार ही दिंदे उदों बचते रहे उहदे डर करके। पर इस घर के दरवाजे ले जाने की तुक बनती सी? तो कुछ खर दिमाग सीगा थानेदार, है नहीं सी अगल कोल, नलका भी पट लिया पानी वाला। नलका भी लगे पानी वाला? हाँ, नलका भी पानी वाला छड्डा कुछ नहीं, इतने साढ़े घर जो समान तो एक लेडीज पुलिस वाली सी, अग लाने लगे, अग उबाले जे अपने पे था पिछे। हाँ, तो वह कहती हूँ इतने रह गई गया, तुम अग ला के की करोगे छत्तों बाल के? पर वो फिर मगर ला के अग नहीं लाएगी, घर में भी अग लगे ही लाने। हाँ जी हाँ जी, बालन बुलन मंगा लिया चौकीदार तो। मैं पता लगा सी बेबे दसते होंगे सी, जो बेबे जिंदे होंगे सी। हाँ जी। बेबे कहते भी इंजन भी लै गए सी? हाँ जी लै गए, इंजन भी लै गए, नलका लै गए, दरवाजे ये लाने की तुक बनती है? तो उन्होंने यही सी भी दहशत पाओ, होर कोई मुंडा ना भजे, जब गुरजंट भी मजबूर होकर फड़ा देन, इन्हें तंग करो इन्होंने। तो जो तुम तंग करते होंगे सी, टॉर्चर करते होंगे सी, तो तुम कभी कह नहीं सी भी गुरजंट तेरे करके असं सारे परेशान हो रहे हैं, तो तू पुलिस को अपना आपा समर्पित कर दे? एक करी बड़ी बेबे साड़ी दादी उन्हें कहा भी टुट के गाली पे कहता, मैं तो शहीद होना, तुम आपका जिम्मे मर्जी कट्टो, हूँ मैं थोड़ा नहीं रहा, तो कौम का हो चुके हैं ये गल्ला कही उन्होंने। हाँ जी हाँ जी। थोड़े तो छोटे सी? छोटे ही, 4 साल। 4 साल छोटे सी। हाँ जी। कितनी उम्र सी जो मुकाबला बनाया गया? मुकाबला बनाया गया उदो 18 साल का भज गया, 7 साल भगौड़ा रहा, तो देख लो कितनी उम्र बन रही है। 25 साल की उम्र? हाँ जी 25-26 साल। हाँ जी हाँ जी। कभी विआह का मन नहीं बनाया भी इन्हों का विआह कर दीए या कोई घर लभ लीए? तो ब्याह का जो घर तो आता नहीं, नेरे शिवे कहते भी नहीं आता जी मिलने मिलने, नहीं तो आता नहीं करे, तो बाकी जैसे बंद कहीं जवाब देते मैं ब्याह नहीं करना, मैंने ब्याह में क्या भी ना तीन मुड़ के कहना, पता नहीं क्यों जी अजक कोई कोई निकले वो जी मुड़ के बदनामी मेरे लग मेरे मत्थे मड़ी जानी वो जी। जो तुम घर छड़ के गए भाई गुरजंट सिंह बुद्ध सिंह वाले होंदे घर छड़ के तुसी चले गए, तो फिर रिश्तेदारियों के रेंदे होंगे सी, उत्थे भी पुलिस रेड करती छापे मारती सी? नहीं, जिथे नहीं पुलिस रेड करती उस सगरी जाते जी, उ नहीं लिखा नहीं होंगे वह पता नहीं। रिश्तेदारियां भी डरदियां तो होनिया ने? बहुत डरते ही, खौफ सी मन दे विच। हाँ जी हाँ जी। होर मैं चाहांगा उस संघर्ष के वेले दीआं बातां जिहड़ियां ने भाई गुरजंट सिंह वाले का सुभा उन्हां दा गुण साढ़े नाल जरूर दर्शकां दे नाल सांझा करो, आखिर तुहाडे भरा सी। हाँ जी।
ਉਹਨਾਂ ਦੇ ਕਰਕੇ ਜਾਂ ਉਹਨਾਂ ਦੀ ਮਹਿੰਮ ਦੇ ਕਰਕੇ ਤੁਸੀਂ ਵੀ ਲੰਮਾ ਸਮਾਂ ਟੌਰਚਰ ਹੋਏ ਹੋ, ਜੋ ਦਰਦਾਂ ਅੱਜ ਵੀ ਤੁਹਾਡੇ ਸਰੀਰ ਦੇ ਵਿੱਚ ਨਜ਼ਰ ਆਉਂਦੀਆਂ ਨੇ। ਹਾਂਜੀ ਹਾਂਜੀ। ਪਰਿਵਾਰ ਦੱਸ ਰਿਹਾ ਸੀ ਵੀ ਲੱਕ ਦੀ ਪ੍ਰੋਬਲਮ ਜਿਹੜੀ ਹੈ, ਬੱਟ ਮਾਰਦੇ ਰਹੇ। ਬੱਟ ਕਿੱਥੇ ਮਾਰੇ ਉਹਨਾਂ ਨੇ, ਕਦੋਂ ਮਾਰੇ ਸੀ ਬੱਟ? ਬੱਟ ਪਹਿਲਾਂ ਹੁੰਦੇ ਤੋਂ ਵੀ ਮਾਰੇ ਤੇ ਬਾਅਦ ਤਾਂ ਬਾਹਲੇ ਮਾਰੇ ਗਏ। ਗ੍ਰੈਂਡ ਸ਼ਹੀਦ ਹੋ ਗਏ, ਉਹ ਤਾਂ ਬੇਕ ਆਫ ਹੋ ਗਏ, ਉਹਨਾਂ ਨੇ ਫਿਰ ਟੌਰਚਰ ਹੀ ਕੀਤਾ ਬਹੁਤ ਜ਼ਿਆਦਾ। ਤੁਹਾਨੂੰ ਕਿੰਨੀ ਕੁ ਵਾਰੀ ਕੁੱਟਮਾਰ ਹੋਈ ਤੁਹਾਡੇ ਸਰੀਰ ਦੇ ਨਾਲ? ਬਹੁਤ ਵਾਰੀ ਹੋਈ, ਅਣਗਿਣਤ ਵਾਰੀ ਹੋਈ। ਕੀ ਕਹਿੰਦੇ, ਕੀ ਸੀ ਕਸੂਰ, ਕੀ ਸੀ ਤੁਹਾਡਾ? ਪੇਸ਼ ਕਰਾਓ ਉਹਨੂੰ, ਫਿਰ ਸਾਰਾ ਪਤਾ ਤੁਹਾਨੂੰ ਕਿੱਥੇ ਰਹਿੰਦਾ ਹੈ, ਜੋ ਐਂ ਕਰਦੇ ਰਹਿੰਦੇ। ਫਿਰ ਤੁਸੀਂ ਕੀ ਕਹਿੰਦੇ ਹੁੰਦੇ ਸੀ? ਤੁਸੀਂ ਕਹਿੰਦੇ ਸਾਨੂੰ ਕਿੱਥੇ ਮਿਲਦਾ, ਜੇ ਮਿਲਦਾ ਹੋਵੇ ਤਾਂ ਅਸੀਂ ਫੜਾ ਦਈਏ। ਫਿਰ ਲੈ ਜਾਂਦੇ ਹੁੰਦੇ ਸੀ ਥਾਣਿਆਂ 'ਚ? ਹਾਂਜੀ ਹਾਂਜੀ। ਕਿੰਨੇ ਕੁ ਥਾਣਿਆਂ ਦੇ ਵਿੱਚ ਲੈ ਕੇ ਜਾਂਦੇ ਰਹੇ? ਅੱਧੇ ਪੰਜਾਬ ਦੇ ਥਾਣੇ ਗਵਾ ਦੇ ਉਹਨੇ। ਅੱਛਾ। ਹਾਂਜੀ।